ਬਾਈ ਪਰਮੇਸ਼ ਬਹੁਤ ਦੁੱਖ ਹੋਇਆ ਯਾਰ ਬਹੁਤ ਦੁੱਖ ਹੋਇਆ ਯਾਰ ਠੀਕ ਹੈ ਤੂੰ ਮੇਰਾ ਫੋਨ ਰੱਖ ਲਿਆ ਤੂੰ ਤੂੰ ਕਹਿੰਦਾ ਤੂੰ ਮੈਂ ਕਹਿਣਾ ਕਿ ਯਾਰ ਚੱਲ ਸਾਡਾ ਫੋਨ ਅਸੀਂ ਰੱਖ ਲਿਆ ਪਰ ਯਾਰ ਤੂੰ ਮੈਨੂੰ ਮਿਲਿਆ ਵੀ ਨਹੀਂ ਯਾਰ ਤੂੰ ਕਹਿੰਦਾ ਕਿ ਯਾਰ ਮੈਂ 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 ਨਹੀਂ ਕਿਸੇ ਨੂੰ ਮਿਲਣਾ ਮੇਰਾ ਫੋਨ ਵੀ ਉਧਰ ਪਿਆ ਸੀਗਾ ਯਾਰ ਘੱਟੋ ਘੱਟ ਯਾਰ ਮੈਂ ਤੈਨੂੰ ਮਿਲਣ ਆਇਆ ਸੀਗਾ ਯਾਰ ਮੈਂ ਤੈਨੂੰ ਮਿਲਣ ਆਇਆ ਸੀ ਆਈ نو ਆਮ ਡਰੰਕ ਬਟ ਯਾਰ ਮੈਂ ਤੈਨੂੰ ਮੈਂ ਤੈਨੂੰ ਸ਼ਗਨ ਪਾਉਣ ਆਇਆ ਸੀਗਾ ਯਾਰ ਤੂੰ ਮੈਨੂੰ ਮਿਲਿਆ ਵੀ ਨਹੀਂ ਵਾਈ ਤੂੰ ਕਹਣਾ ਯਾਰ ਕਿ ਮੈਂ ਤਾਂ ਕਿਸੇ ਨੂੰ ਵੀ ਨਹੀਂ ਮੈਂ ਤਾਂ ਕੋਈ ਫੋਟੋ ਨਹੀਂ ਖਿੱਚਣ ਦੇਣੀ ਮੈਂ ਕੋਈ ਸਾਲਿਆ ਸਾਰੀਆਂ ਤਰ੍ਹਾਂ ਦੀਆਂ ਫੋਟੋਆਂ ਭੈਣ ਚ ਉੱਥੇ ਫਿਰਦੀਆਂ ਨੇ ਇੰਸਟਾਗ੍ਰam ਤੇ ਬ్రో ਮੈਨੂੰ ਕੋਈ ਸ਼ੌਕ ਨਹੀਂ ਹੈਗਾ ਤਰ੍ਹਾਂ ਫੋਟੋ ਖਿੱਚਣ ਦਾ ਮੈਨੂੰ ਕੋਈ ਸ਼ੌਂਕ ਨਹੀਂ ਤੇਰਾ ਫੋਟੋ ਖਿੱਚਣ ਦਾ ਬ੍ਰਦਰ ਮੈਂ ਤੈਨੂੰ ਅਸ਼ੀਰਵਾਦ ਦੇਣ ਆਇਆ ਸੀਗਾ ਤੂੰ ਯਾਰ ਮੈਨੂੰ ਮਿਲਿਆ ਤੱਕ ਨਹੀਂ ਬ੍ਰੋ ਤੂੰ ਪਤਾ ਕੀ ਕਿਹਾ ਤੂੰ ਕਿਹਾ ਬਾਈ ਚਲੋ ਮੈਂ ਆਉਣਾ ਤੁਹਾਡੇ ਕੋਲ ਤੇ ਅੱਗੋਂ ਜਿਹੜਾ ਤੇਰਾ ਉਹ ਰੱਖਿਆ ਹੋਇਆ ਬਰਾੜ ਜਿਹੜਾ ਤੇਰਾ ਰੱਖਿਆ ਹੋਇਆ ਬੰਦਾ ਬਰਾੜ ਉਹ ਕਹਿੰਦਾ ਬਾਈ ਜੀ ਤੁਹਾਡੇ ਇੱਥੇ ਸਾਜੀ ਲੱਗੇ ਹੋਏ ਨੇ ਮੈਂ ਕਹਿੰਦਾ ਮੇਰਾ ਤਾਂ ਯਾਰ ਕੋਈ ਸ਼ੋਅ ਵੀ ਹੈ ਨਹੀਂ ਇੱਥੇ ਮੈਂ ਕਹਿੰਦਾ ਮੇਰਾ ਤਾਂ ਸ਼ੋਅ ਵੀ ਹੈ ਨਹੀਂ ਯਾਰ ਪਰਮਿਸ਼ਾ ਨਾ ਕਰ ਯਾਰ ਤੂੰ ਯਾਰ ਤੂੰ ਹਰ ਚੀਜ਼ ਨੂੰ ਹੀ ਭਾਂਚੋ ਯਾਰ ਤੂੰ ਹਰ ਚੀਜ਼ ਨੂੰ ਯਾਰ ਉਹ ਬਣਾ ਦਿੰਨਾ ਯਾਰ ਹਰ ਚੀਜ਼ ਨੂੰ ਹੀ ਤੂੰ ਤੂੰ ਕਹਿੰਦਾ ਕਿ ਯਾਰ ਹਰ ਚੀਜ਼ ਹੀ ਮਤਲਬ ਫੱਕ ਮਨ ਤੂੰ ਹਰ ਚੀਜ਼ ਨੂੰ ਯਾਰ ਉਹ ਬਣਾ ਦਿੰਨਾ ਵੀ ਕਿ ਮੈਨੂੰ ਤਾਂ ਹਾਲਾ ਕਹਿਣਾ ਵੀ ਨਹੀਂ ਆਉਂਦਾ ਯਾਰ ਤੂੰ ਹਰ ਚੀਜ਼ ਨੂੰ ਬਿਜ਼ਨਸ ਬਣਾ ਦਿੰਨਾ ਯਾਰ ਮੈਂ ਤੈਨੂੰ ਮਿਲਣ ਆਇਆ ਸੀ ਅੱਜ ਹੁਣ ਤੂੰ ਮੈਨੂੰ ਮੈਸੇਜ ਕਰ ਰਿਆ ਹੈ ਬਾਈ ਜੀ ਮੈਂ ਤੁਹਾਡੀ ਵੇਟ ਕਰ ਰਿਆ ਸੀ ਤੁਸੀਂ ਆਏ ਨਹੀਂ ਸਾਲਾ ਤੇਰੀ ਵੇਟ ਕੀਤੀ 2 ਘੰਟੇ ਮੈਂ ਤੈਨੂੰ ਹੁਣੇ ਬੰਦਿਆਂ ਨੂੰ ਪਛਾ ਦੇਣਾ ਯਾਰ ਤੂੰ ਮੈਨੂੰ ਮਿਲਿਆ ਵੀ ਨਹੀਂ ਤੂੰ ਕਹਣਾ ਕਿ ਮੈਂ ਜੀ ਮੈਂ ਜੀ ਲਾਈਵ ਨਹੀਂ ਹੋ ਸਕਦਾ ਬਿਕੋਜ਼ ਮੇਰੀ ਮੇਰੀ ਵਾਈਫ ਮੇਰੇ ਨਾਲ ਫਲਾਨਾ ਢੋਂਕਾ ਯਾਰ ਕੀ ਯਾਰ ਕਿਉਂ ਕਾਦੇ ਸਤੇ ਯਾਰ ਯਾਰ ਐਨਾ ਮੜਾ ਹਾਲ ਯਾਰ ਤੂੰ ਯਾਰ ਭਾਬੀ ਨੂੰ ਮੈਂ ਵੀ ਮਿਲਿਆ ਹੋਇਆ ਯਾਰ ਯਾਰ ਮੜਾ ਮੋਟਾ ਤਾਂ ਯਾਰ ਬੰਦਾ ਬਣ ਯਾਰ ਕੀ ਯਾਰ ਤੂੰ ਕੰਪਿਊਟਰ ਯਾਰ ਜਸਾ ਕੰਪਿਊਟਰ ਬ੍ਰੋ ਯਾਰ ਮੈਂ ਤੁਹਾਨੂੰ ਮਿਲਿਆ ਆ ਕੇ ਮੇਰਾ ਮੈਂ ਆਈ نو ਤੁਸੀਂ ਮੇਰਾ ਫੋਨ ਰੱਖ ਲਿਆ ਤੁਸੀਂ ਸਾਰਾ ਕੁਝ ਰੱਖ ਲਿਆ ਯਾਰ ਤੁਸੀਂ ਮੇਰਾ ਫੋਨ ਵੀ ਰੱਖ ਲਿਆ ਸਾਰਾ ਕੁਝ ਰੱਖ ਲਿਆ ਮੈਨੂੰ ਪਤਾ ਜਿੰਨੇ ਸਰੀ ਦੇ ਬੰਦੇ ਆ ਸਾਰਾ ਤੁਸੀਂ ਫੋਨ ਰੱਖਿਆ ਯਾਰ ਪਰ ਮੈਨੂੰ ਮਿਲਤਾ ਲਿਆ ਕੇ ਯਾਰ ਮੈਂ 1 ਘੰਟਾ ਉੱਥੇ ਬੈਠਾ ਰਿਆ ਜਦੋਂ ਮੈਂ ਉੱਥੇ ਉਥੋਂ ਉੱਠ ਕੇ ਗਿਆ ਜਦੋਂ ਮੈਂ ਉਥੋਂ ਉੱਠ ਕੇ ਗਿਆ ਯਾਰ ਮੁੜ ਕੇ ਤੁਸੀਂ ਮੈਨੂੰ ਫੋਨ ਕਰੀ ਜਾਂਨੋ ਬਾਜੀ ਤੁਹਾਡੇ ਲਈ ਤਾਂ ਅ ਸਟੇਜ ਤਿਆਰ ਸੀ ਫਲਾਣਾ ਟਾ ਯਾਰ ਕਮਾਲ ਹੈ ਯਾਰ ਪਲੀਜ਼ ਐ ਐ ਨਾ ਕਰੋ ਯਾਰ ਪਲੀਜ਼ ਪਰਮੇਸ਼ ਤੇਰੇ ਘਰ ਦੇ ਵੀ ਮੈਨੂੰ ਮਿਲਿਆ ਕਿ ਯਾਰ ਪਰ ਦੇਰ ਦੇਰ ਜਸਟ ਜਸਟ ਦਾ ਪਪੈਟਸ ਉਹ ਵੀ ਵਿਚਾਰੇ ਪਪੜ ਬਣ ਕੇ ਮੇਰੇ ਕੋਲੇ ਆਏ ਬਿਕਾਜ਼ ਉਹਨਾਂ ਨੂੰ ਵੀ ਤੂੰ ਸਮਝਾਇਆ ਹੋਇਆ ਸੀਗਾ ਵੀ ਸ਼ੈਰੀ ਬਾਈ ਨੂੰ ਬੜਾ ਐ ਐ ਨਾ ਕਰਿਓ ਜੀ ਉਹ ਨਾ ਕਰਿਓ ਯਾਰ ਐ ਐ ਨਾ ਕਰਿਆ ਕਰ ਯਾਰ ਪਲੀਜ਼ ਉਹ ਚੱਲੇ ਯਾਰ ਐ ਐ ਨਾ ਕਰਿਆ ਕਰ ਪਰਮੇਸ਼ ਆਇਆ ਨਾ ਕਰਿਆ ਕਰੇ ਯਾਰ ਯਾਰ ਤੇਰਾ ਵਿਆਹ ਸੀ ਯਾਰ ਸਾਡੇ ਕਿੰਨੇ ਚਾ ਸੀ ਯਾਰ ਕਿੰਨੇ ਚਾ ਸੀ ਯਾਰ ਤੇਰੇ ਵਿਆਹ ਤੇ ਕਿੰਨੇ ਚਾ ਸੀ ਕਿੰਨੇ ਲੋਕਾਂ ਨੇ ਤੈਨੂੰ ਦੇਖਣਾ ਸੀਗਾ ਤੂੰ ਤਾਂ ਭੈਣ ਚ ਆਇਆ ਕਰਦਾ ਜਿਵੇਂ ਤੂੰ ਭੈਣ ਦੀ ਲੰਨ ਡਰੇਕ ਹੋਵੇਂ ਤੂੰ ਸਾਲਾ ਡਰੇਕ ਨਹੀਂ ਹੈਗਾ ਤੂੰ ਪਰਮੇਸ਼ਵਰਮ ਬڑے ਵਰਮਿਆਂ ਨੇ ਤੈਨੂੰ ਬਰੇ ਬੜੇ ਸ਼ਰਮਾ ਨੇ ਤੈਨੂੰ ਦੇਖਣਾ ਸੀਗਾ ਮੇਰੇ ਥਰੂ ਤੂੰ ਸਾਲਾ ਤੂੰ ਪਰਮੇਸ਼ ਵਰਮਾ ਹੀ ਰਹੇਗਾ ਮੈਂ ਤੈਨੂੰ ਕਹਿਣਾ ਤੂੰ ਭਰਾਵਾ ਨਾ ਇਹੋ ਜਿਹਾ ਕੁਸ਼ ਕਰਿਆ ਕਰ ਤੂੰ ਮੇਰਾ ਵੀ ਫੋਨ ਰੱਖ ਲੈ ਤੂੰ ਭੈਣ ਚ ਸਾਰਿਆਂ ਦਾ ਰੱਖ ਲੈ ਚੱਲ ਰੱਖ ਲੈ ਪਰ ਭਰਾਵਾ ਤੂੰ ਕੱਟੋ-ਕੱਟ ਸਾਨੂੰ ਐਨਾ ਤਾਂ ਉਹ ਦੇ ਵੀ ਭਾਈ ਅਸੀਂ ਤੇਰੇ ਨਾਲ ਆਂ ਓ ਪਰਾਵਾ ਸਰੀ ਸਾਰਾ ਜਾਣਦਾ ਸਾਰਾ ਸਰੀ ਤੈਨੂੰ ਜਾਣਦਾ ਪੁੱਤ ਤੈਨੂੰ ਨਹੀਂ ਤੇਰੇ ਤੇਰੇ ਸਹੁਰਾਂ ਨੂੰ ਵੀ ਜਾਣਦਾ ਪੁੱਤ ਤੇ ਤੂੰ ਮੇਰਾ ਪੁੱਤ ਹੀ ਰਹੇਗਾ ਹਮੇਸ਼ਾ ਭੈਣ ਚੁੱਦਾ ਤੈਨੂੰ ਮੈਂ ਹੁਣ ਮੈਂ ਚੱਲ ਮੈਂ ਇੱਥੋਂ ਗਾਲਾਂ ਨਿਕਲਦੀਆਂ ਨੇ ਚੱਲ ਕੋਈ ਨਾ ਬਰਸਲ ਆ ਲਵ ਯੂ ਵਧਾਈਆਂ ਤੈਨੂੰ ਤੇਰੇ ਵਿਆਹ ਦੀਆਂ ਪਰ ਪੁੱਤ ਐ ਨਾ ਕਰਿਆ ਕਰ ਨਹੀਂ ਤੂੰ ਬਹੁਤ ਪਛਤਾਏਂਗਾ ਤੇਰੇ ਤੇਰਾ ਬਹੁਤ ਮਤਲਬ ਤੈਨੂੰ ਪਤਾ ਨਹੀਂ ਵੀ ਮੈਂ ਤੇਰਾ ਕੀ ਕਰੂੰ